गत दिनों में श्री मुक्सर साहिब के थाना लखेवाली क्षेत्र में हुई 7,30,000 रुपए की लूट के मामले में मुक्सर साहिब पुलिस ने 3 आरोपियों सहित 5,76,000 रुपए बरामद करने का दावा किया है। मीडिया सामने पुलिस ने जिन 3 आरोपियों को इस डकैती का जिम्मेवार बताया, उसमें डकैती की शिकायत करने वाला चरणजीत सिंह, जिसने अपने आरती मालिक की राशि की लूट होने का ड्रामा रचा था, उसके साथ उसके 2 साथियों को भी गिरफ्तार कर लिया गया है। जिला पुलिस के इन्वेस्टिगेशन विभाग के DSP जसमीत सिंह एवं थाना मुखी सहित पूरी पुलिस टीम को इस कार्य में टेक्निकल थ्योरियों पर चलकर काम करना पड़ा और पुलिस को सफलता हाथ लगी। बता दें कि पुलिस में जो शिकायतकर्ता शिकायत लेके आया था, असल में वही इस लूट की वारदात को अंजाम देने वाला मुख्य आरोपी निकला। कोई प्रॉब्लम होंदी तन पता सर, घर च प्रॉब्लम होंदी? हां जी। की प्रॉब्लम थी घर दे विच जेड़ी तू 7.5 लाख रुपया खो नहीं लग गया आप दे लाले दा ही? कुछ ये इना के असि इकट्ठे बैठे सी ते पी या आपा काम कर लिए। एक दिन मुंडा मेरे नाल गया सी फैक्ट्री, वो तो पता सी स्कीम बनाई जांदे आपा पियतरा पैसे लाले दे नाप लिए। ਸ਼ੱਕ ਕਿੱਥੋਂ ਪਿਆ ਜੀ ਪੁਲਿਸ ਨੂੰ ਤੁਹਾਡੇ? ਹਾਂਜੀ, ਸ਼ੱਕ ਤੋਂ ਸਰ ਡਿਟੇਲ ਨੰਬਰ ਤੋਂ ਹੋਈ ਆ। ਪਹਿਲਾਂ ਵੀ ਕਦੇ ਇਦਾਂ ਦੀ ਵਾਰਦਾਤ? ਨਹੀਂ ਸਰ ਜੀ, ਪਹਿਲੀ ਵਾਰ ਕਦੇ ਨਹੀਂ ਕੀਤਾ ਇਹੋ ਜਿਹਾ ਕੰਮ। ਤੁਸੀਂ ਇਹ ਕਿਉਂ ਧਿਆਨ 'ਚ ਨਹੀਂ ਰੱਖਿਆ ਵੀ ਫੜੇ ਜਾਵਾਂਗੇ ਤੇ ਤੁਹਾਡਾ ਕੈਰੀਅਰ ਬਰਬਾਦ ਹੋ ਜਾਊਗਾ, ਪਰਿਵਾਰ ਦਾ ਕੈਰੀਅਰ? ਇਹ ਦਿਮਾਗ 'ਚ ਨਹੀਂ ਸਰ ਲਿਆਉਂਦੀ ਨਾ ਗੱਲ, ਇਹ ਲਿਆਉਂਦੀ ਹੁੰਦੀ ਫਿਰ ਇਹੋ ਕੰਮ ਕਰਦੇ ਹੀ ਨਾ। ਹੁਣ ਕਰਾ ਕੀਤੇ ਤੇ ਕੁਛ ਪਛਤਾਵਾ ਹੋ ਰਿਹਾ? ਹਾਂਜੀ ਹਾਂਜੀ, ਹੁਣ ਤਾਂ ਬਹੁਤ ਪਛਤਾਵਾ ਹੋਇਆ ਸਰ ਜੀ। ਪਹਿਲਾਂ ਕੀ ਕੰਮ ਕਰਦਾ ਸੀ? ਪਹਿਲਾਂ ਸਰ ਮੈਂ ਪੱਠੇ 'ਤੇ ਲੱਗਿਆ ਸੀ। ਉੱਥੋਂ ਵੀ ਇਹ ਜਿਹਾ ਕੰਮ ਕਰਦਾ ਨਹੀਂ? ਇਹੋ ਜਿਹਾ ਪੱਠੇ 'ਤੇ ਕਦੀ ਨਹੀਂ ਮੇਰਾ ਰਿਕਾਰਡ ਮਾੜਾ ਹੈਗਾ ਸਰ। ਅਤੇ ਹੁਣ ਕਿਉਂ ਕਰ ਲਿਆ ਰਿਕਾਰਡ ਮਾੜਾ? ਜੇ ਸਰ ਜੀ ਦਿਮਾਗ ਫੇਲ ਹੋ ਜਾਣਾ ਬੰਦੇ ਦਾ, ਕੋਈ ਵਸ ਨਹੀਂ ਹੁੰਦੀ ਬੰਦੇ 'ਚ। ਵੀਰ ਜੀ, ਤੁਹਾਡੇ ਮਨ 'ਚ ਖਿਆਲ ਕਿੱਥੋਂ ਆਇਆ ਵੀ ਅਸੀਂ ਇਹ ਕੰਮ ਕਰੀਏ? ਕਿਸ ਚੀਜ਼ ਤੋਂ ਤੁਹਾਨੂੰ ਭੁੱਸ ਪਿਆ ਵੀ ਇਹ ਕੰਮ ਹੋ ਸਕਦਾ? ਤੋ ਵੀਰ, ਕੋਈ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ ਜਦੋਂ ਇਹ ਕੰਮ ਹੋਣਾ ਹੈ ਨਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਕਿੰਨੇ ਦਿਨ ਪਹਿਲਾਂ ਤੱਕ ਤੋਂ ਇਹ ਯੋਜਨਾਬੰਦੀ ਹੋ ਰਹੀ ਸੀ ਇਹਦੀ? ਪਹਿਲਾਂ 10 ਕੁ ਦਿਨ ਦੀ ਗੱਲ ਹੈਗੀ ਸੀ ਸਰ। ਟ੍ਰਾਇਲ ਵੀ ਕੀਤਾ ਸੀ ਪਹਿਲਾਂ ਵੀ? ਐਂ ਹੋਊਗਾ ਕੰਮ ਕਿ ਸਿੱਧੀ ਵਾਰਦਾਤ ਸਥਾਨ ਤੇ ਪਹੁੰਚੇ? ਨਹੀਂ, ਟ੍ਰਾਇਲ ਤਾਂ ਨਹੀਂ ਕੀਤਾ ਸੀ ਵੀਰ, ਇਹ ਸਿੱਧੀ ਵਾਰਦਾਤ ਪੇਮੈਂਟ ਕੀਤੀ ਹੈਗੀ ਆ। ਜਿਹੜੇ ਕਿ 2-3 ਟਰਾਲੀਆਂ ਦੀ ਪੇਮੈਂਟ ਹੋ ਗਈ ਉਸ ਲਈ ਕਰਾਂਗੇ। ਠੀਕ ਹੈ ਜੀ, ਓਕੇ, ਥੈਂਕ ਯੂ। ਪੁਲਿਸ ਸਟੇਸ਼ਨ ਲੱਖੇਵਾੜੀ ਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਸ਼ਾਮੀ 8 ਵਜੇ ਵੀ ਇੱਕ ਚਰਨਜੀਤ ਨਾਂ ਦਾ ਡਰਾਈਵਰ ਹੈਗਾ, ਬਾਬੂ ਰਾਮ ਕੋਲ ਕੰਮ ਕਰਦਾ ਨਰਮੇ ਦਾ। ਇਹ ਵੱਖਰੇ ਵੱਖਰੇ ਜ਼ਿਮੀਂਦਾਰਾਂ ਤੋਂ ਬਾਬੂ ਰਾਮ ਹੁਣੀ ਨਰਮਾ ਖਰੀਦ ਕਰਦੇ ਸੀ ਤਾਂ ਉਸ ਤੋਂ ਬਾਅਦ ਫੈਕਟਰੀਆਂ ਦੇ ਵਿੱਚ ਵੱਖਰੇ ਵੱਖਰੀਆਂ ਜਗ੍ਹਾ 'ਚ ਵੇਚਦੇ ਸੀ। ਤਾਂ ਉਹਦੀ ਪੇਮੈਂਟ ਲੈ ਕੇ ਟਰੈਕਟਰ ਟਰਾਲੀ 'ਤੇ ਚਰਨਜੀਤ ਤਾਂ ਉਹਦੇ ਨਾਲ ਉਹਨਾਂ ਦਾ ਕੰਡਕਟਰ ਸੀਗਾ ਹਰਜੀਤ, ਉਹ ਪੇਮੈਂਟ ਲੈ ਕੇ ਜਾ ਰਹੇ ਸੀ ਜੀ। ਲੱਖੇਵਾੜੀ ਦੇ ਏਰੀਏ ਦੇ ਵਿੱਚ ਚੱਕ ਸ਼ੇਰੇਵਾਲਾ ਪਿੰਡ ਤੋਂ ਕੁਛ ਅੱਗੇ ਗਏ ਤਾਂ ਉਹ ਕਹਿੰਦੇ ਸਾਡੇ ਨਾਲ ਜਿਹੜੀ ਹੈਗੀ 2 ਅਣਪਛਾਤੇ ਬੰਦਿਆਂ ਨੇ ਮੋਟਰਸਾਈਕਲ 'ਤੇ ਆਏ ਤਾਂ ਉਹਨੇ 7,30,000 ਰੁਪਇਆ ਸਾਡਾ ਲੁੱਟ ਕੇ ਲੈ ਗਏ। ਤੋ ਉਦਣ ਇਹ FIR ਲੌਂਚ ਕੀਤੀ ਜੀ। ਉਸ ਤੋਂ ਬਾਅਦ ਸਾਡੇ ਆਫਿਸਰ, ਸਾਡੇ SP ਮਲੋਟ, DSP D, ਸਾਡੇ SHO ਲੱਖੇਵਾੜੀ, ਇਹਨਾਂ ਨੇ ਉੱਥੇ ਮੌਕੇ 'ਤੇ ਜਾ ਕੇ ਜਿਹੜਾ ਹੈਗਾ ਤਫਤੀਸ਼ ਕੀਤੀ ਇਹਦੀ ਵਿਦਇਨ 1 ਵੀਕ ਜਿਹੜਾ ਹੈਗਾ ਇਹ ਮੁਕੱਦਮਾ ਟਰੇਸ ਕੀਤਾ। ਔਰ ਇਹਦੀ ਜਦੋਂ ਟਰੇਸ ਹੋਇਆ ਮੁਕੱਦਮਾ, ਇਹਦੇ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਚਰਨਜੀਤ ਹੈਗਾ, ਜਿਹੜਾ ਡਰਾਈਵਰ ਸੀਗਾ, ਜਿਹੜਾ ਕੁਛ ਦੇਰ ਪਹਿਲਾਂ ਹੀ ਇਸ ਬਾਬੂ ਰਾਮ ਹੋਣਾ ਕੋਲ ਐਜ਼ ਅ ਡਰਾਈਵਰ ਨੌਕਰੀ 'ਤੇ ਜੁਆਇਨ ਕੀਤਾ ਸੀ ਅਰਲੀ ਵਾਲੇ ਦਾ ਹੈਗਾ। ਔਰ ਇਹਨੇ ਮਿਲ ਕੇ ਆਪਣੇ ਨਾਲ ਬੂਟਾ ਸਿੰਘ ਅਤੇ ਜਗਸੀਰ, ਉਹਨਾਂ ਮਿਲ ਕੇ ਜਿਹੜੀ ਵਾਰਦਾਤ ਕੀਤੀ। ਜਿਹੜਾ ਕੰਡਕਟਰ ਸੀਗਾ ਹਰਜੀਤ, ਉਹਨੂੰ ਇਸ ਬਾਰੇ ਬਿਲਕੁਲ ਇਲਮ ਨਹੀਂ ਸੀ। ਤੋ ਇਹਨਾਂ ਦੇ ਕੋਲ ਆ ਕੇ ਇਹਨਾਂ ਦਾ ਬਕਾਇਦਾ ਕੰਡਕਟਰ ਨਾਲ ਖਿੱਚ ਧੂਪ ਕੀਤੀ, ਉਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ। ਔਰ ਇਹ ਕੋਲ 7,30,000 ਰੁਪਈਆ ਇਹਦੀ ਮੁਲੀ ਇਹਨੇ ਡਰਾਈਵਰ ਨਾਲ ਮਿਲਿਆ ਹੋਇਆ ਸੀਗਾ। ਅੱਛਾ, ਪਲੈਨਿੰਗ ਕੀਤੀ ਪਹਿਲਾਂ ਕਿ ਕੁਛ ਦੇਰ ਪਹਿਲਾਂ ਲੱਗਾ ਇਹਨੇ ਦੇਖਿਆ ਵੀ ਪੈਸੇ ਇਕੱਠੇ ਹੁੰਦੇ ਆ, ਪੈਸੇ ਆਪਾਂ ਜਿਹੜੀਆਂ ਫੈਕਟਰੀ ਵਾਲਿਆਂ ਤੋਂ ਨਰਮੇ ਦੇ ਪੈਸੇ ਲੈ ਕੇ ਆਉਂਦੇ ਆ ਤਾਂ ਮਾਲਕ ਨੂੰ ਜਾ ਕੇ ਦਿੰਦੇ। ਮਾਲਕ ਦੀ ਪੁਰਾਣਾ ਹੀ ਸੀਗਾ ਅਪਰੋਚ ਕਿ ਆਪਣੇ ਨਾ ਕਰਿੰਦਿਆਂ ਤੋਂ ਇਹ ਪੈਸੇ ਇਕੱਠੇ ਕਰਾ ਕੇ ਲਿਆ ਜਾਂਦਾ ਸੀਗਾ। ਤਾਂ 2 ਜਗ੍ਹਾ ਤੋਂ ਪੇਮੈਂਟ ਲਈ ਸੀਗੀ, ਤਾਂ 2 ਜਗ੍ਹਾ ਦੀ ਟੋਟਲ ਪੇਮੈਂਟ 7,30,000 ਸੀ ਜਿਹੜੀ ਲੈ ਕੇ ਜਾ ਰਹੇ ਸੀ। ਸੋ ਪਹਿਲਾਂ ਹੀ ਇਹ ਪੇਮੈਂਟਾਂ ਲੈ ਕੇ ਜਾਂਦੇ ਸੀ, ਇਸ ਕਰਕੇ ਇਹਨਾਂ ਨੇ ਪਲਾਨ ਕਰ ਲਿਆ ਵੀ ਅੱਜ ਪੇਮੈਂਟ ਲੈ ਕੇ ਆਊਂਗਾ ਵੀ ਫਲਾਨੀ ਏਰੀਆ 'ਚ ਤੂੰ ਜਾ ਕੇ ਜਿਹੜਾ ਹੈਗਾ ਤੁਸੀਂ ਆ ਜਾਣਾ, ਉੱਥੇ ਜਾ ਕੇ ਆਪਾਂ ਜਿਹੜੀ ਆਪਾਂ ਕਰ ਲੈਣਾ। ਕੰਡਕਟਰ ਨੂੰ ਬਿਲਕੁਲ ਨਹੀਂ ਸ਼ੋਅ ਕੀਤਾ, ਕੰਡਕਟਰ ਨਾਲ ਖਿੱਚ ਤੂੰ ਵੀ ਹੋਈ ਬਕਾਇਦਾ, ਪਰ ਕੰਡਕਟਰ ਨੇ ਆਪਣੇ ਬਿਆਨਾਂ 'ਚ ਵੀ ਇਹ ਦੱਸਿਆ ਕਿ ਬਿਲਕੁਲ ਇੱਦਾਂ ਬੰਦੇ ਆਏ, ਉਹਨਾਂ ਨੇ ਸਾਡੇ ਮਿਰਚਾਂ ਪਾਈਆਂ, ਉਹ ਸਾਡੇ ਜੀ ਸਾਡੇ ਖਿੱਚ ਧੂਪ ਕੀਤੀ, ਸਾਡੇ ਨਾਲ ਝਗੜਾ ਕੀਤਾ, ਉੱਥੇ ਟਰਾਲੀ ਚੜ੍ਹ ਗਿਆ, ਟਰਾਲੀ ਦੇ ਵਿੱਚ ਕੰਡਕਟਰ ਪਿੱਛੇ ਬੈਠਾ ਸੀਗਾ।